ਸੱਚੀ ਗਾ ਦੋਸਤੋ ਪਿੰਡ ਪੈਣੀ ਜਸਾ ਜ਼ਿਲ੍ਹਾ ਬਰਨਾਲਾ ਐਰਾਣਿਕ ਹੋਰ ਜਿਹੜੇ ਸਰਪੰਚੀ ਦੀ ਚੋਣ ਲੜ ਰਹੇ ਨੇ ਸੋ ਅੱਜ ਅਸੀਂ ਸਮੂਹ ਜਿਹੜੇ ਕੋਠੇ ਮੱਲੂਕੇ ਨਾਗਰਿਕਾਂਗੇ ਬਾੜ ਨੰਬਰ 9 ਦੇ ਅਸੀਂ ਮੰਗ ਪੱਤਰ ਦੇ ਰਹੇ ਹਾਂ ਵੀ ਜਿਹੜਾ ਸਾਡਾ ਕੱਚਾ ਰਸਤਾ ਹੈਗਾ ਕਾਫੀ ਲੰਬੇ ਸਮੇਂ ਤੋਂ ਜੇ ਇਹ ਸਰਪੰਚੀ ਦੀ ਚੋਣ ਜਿੱਤਦੇ ਨੇ ਨਾਗਰਿਕ ਸਾਥ ਦਿੰਦੇ ਨੇਗੇ ਤਾਂ ਪਹਿਲ ਦੇ ਆਧਾਰ ਤੇ ਜਿਹੜੇ ਸਾਡੇ ਕੰਮ ਨੇ ਅਧੂਰੇ ਉਹ ਕੀਤੇ ਜਾਣ ਸੋ ਅੱਜ ਮੰਗ ਪੱਤਰ ਹੈ ਜਿਹੜਾ ਅਸੀਂ ਸਾਡੀ ਭੈਣ ਨੂੰ ਦੇ ਰਹੇ ਹਾਂ ਸੋ ਸਾਨੂੰ ਆਸ ਹੈ ਕਿ ਇਹਨਾਂ ਤੋਂ ਵੀ ਜਿਹੜੇ ਪਹਿਲ ਦੇ ਆਧਾਰ ਤੇ ਕੰਮ ਨੇਗੇ ਉਹ ਸਾਡੇ ਹੋਣਗੇ ਤੇ ਬਾਕੀ ਜਿਹੜੀਆਂ ਸਕੀਮਾਂ ਆਉਣਗੀਆਂ ਪਿੰਡ ਨੂੰ ਉਹ ਵੀ ਸਾਨੂੰ ਪਹਿਲ ਦੇ ਆਧਾਰ ਤੇ ਨਾਲ ਦਿੱਤੀਆਂ ਜਾਣ। ਸੋ ਬਾਕੀ ਗੱਲਬਾਤ ਕਰਦੇ ਆ ਬਣੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕਹਿ ਦੋ ਕੁਝ ਦੋ ਸਾਥ ਦੇ। ਦੇਖੋ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਸਾਰੇ ਭੈਣ ਭਾਈਆਂ ਦਾ ਸਤਿਕਾਰ ਨਾਲ ਮਾਨ ਕਰਦੀ ਆਂਗੀ ਜਿਹੜੇ ਮੇਰੇ ਕੋਲੇ ਇਹ ਚੱਲ ਕੇ ਆਏ ਨੇਗੇ ਉਸ ਤੋਂ ਬਾਅਦ ਜਿਹੜਾ ਵੀ ਇਹਨਾਂ ਦਾ ਇਹ ਮੰਗ ਪੱਤਰ ਲੈ ਕੇ ਆਏ ਨੇ ਜੇ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਨੂੰ ਇਹ ਤਾਜ ਮਿਲਦਾਗਾ ਜਿਹੜੀਆਂ ਮੈਂ ਇਹਨਾਂ ਦੀਆਂ ਮੰਗਾਂ ਨੇ ਮੈਂ ਆਪਣੇ ਤਨੋਂ ਮਨੋਂ ਇਹ ਗੱਲ ਕਹਿਣੀ ਆਂ ਵੀ ਮੈਂ ਪੂਰੇ ਸਹਿਯੋਗ ਦੇ ਨਾਲ ਇਹਨਾਂ ਦੀਆਂ ਮੰਗਾਂ ਤੇ ਖਰਾ ਉਤਰਾਂਗੀ ਤੇ ਜਿਹੜਾ ਵੀ ਇਹਨਾਂ ਦੀ ਰਸਤੇ ਦੀ ਪ੍ਰੋਬਲਮ ਆਗੀ ਦੇਖੋ ਅਸੀਂ ਵੀ ਉਹ ਰਸਤੇ ਤੇ ਜਾ ਕੇ ਦੇਖਿਆਗਾ ਬਹੁਤ ਦਿੱਕਤ ਦਾ ਰਸਤਾਗਾ ਕੱਚਾ ਰਸਤਾਗਾ ਪਰੇਸ਼ਾਨੀ ਦੀ ਗੱਲ ਆ ਮਤਲਬ ਸਿਆਲ ਦੇ ਵਿੱਚ ਜਦੋਂ ਬੱਚੇ ਪੜਨ ਵੀ ਆਉਂਦੇ ਨੇ ਜਾਂ ਇਹ ਖੇਤੋਂ ਪਿੰਡ ਵੱਲ ਆਉਂਦੇ ਨੇ ਇਹਨਾਂ ਨੂੰ ਵੀ ਬੜੀ ਮੁਸ਼ਕਲ ਆਉਂਦੀ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਦੇ ਸਮੇਂ ਸਕੂਲ ਦੇ ਟਾਈਮ ਤੇ ਸਕੂਲ ਜਾਣ ਵੇਲੇ ਵੀ ਬਹੁਤ ਮੁਸ਼ਕਲ ਆਉਂਦੀ ਆ ਵੀ ਮੇਰੀ ਇਹੀ ਮੰਗ ਆ ਦਿਲ ਤੋਂ ਮੈਂ ਕਿੰਨੇ ਵੀ ਮੈਂ ਆਪਣੇ ਪਿੰਡ ਦੀ ਤਰੱਕੀ ਦੇ ਲਈ ਖੁਸ਼ਹਾਲੀ ਦੇ ਲਈ ਵੱਧ ਤੋਂ ਵੱਧ ਸਹਿਯੋਗ ਕਰਾਂ ਵੀ ਜਿੰਨੀ ਵੀ ਸਰਕਾਰ ਵੱਲੋਂ ਸਾਨੂੰ ਮਦਦ ਮਿਲੂਗੀ ਮੈਂਾਂ ਦੀ ਜਿਹੜੀ ਪਹੀਆ ਉਹਨੂੰ ਵਧੀਆ ਤਰੀਕੇ ਨਾਲ ਲੋਕ ਤੈਲ ਪਾ ਕੇ ਆਪਾਂ ਪੱਕਾ ਕਰਵਾਈਏ ਇਹਨਾਂ ਦੀ ਮੁਸ਼ਕਲ ਨੂੰ ਦੂਰ ਕਰੀਏ ਵੀ ਮੈਂ ਇਹਨਾਂ ਦੀ ਮਤਲਬ ਜਿਹੜੀ ਵੀ ਇਹਨਾਂ ਦੀ ਪਰੇਸ਼ਾਨੀਆਂ ਉਹਦੇ ਤੇ ਮੈਂ ਖੜਾ ਉੱਤਰਾਂ ਮੇਰੀ ਦਿਲੋਂ ਮੰਗ ਹੈ ਵੀ ਮੈਂ ਵੱਧ ਤੋਂ ਵੱਧ ਆਪਦੇ ਪਿੰਡ ਲਈ ਕੰਮ ਕਰਾਂ ਵੱਧ ਤੋਂ ਵੱਧ ਪਿੰਡ ਨੂੰ ਖੁਸ਼ਹਾਲ ਬਣਾਵਾਂ ਬਹੁਤ ਬਹੁਤ ਧੰਨਵਾਦ ਸਾਰਾ